ਜੀ, ਇੱਕ ਸਵਾਲ ਆਇਆ ਕਿ ਜਿਵੇਂ ਆਪ ਜੀ ਕਹਿੰਦੇ ਹੋ ਕਿ ਗੁਰਬਾਣੀ ਦੇ ਜਿੰਨੇ ਵੀ ਸ਼ਬਦ ਹਨ ਉਹ ਸਾਨੂੰ ਆਪਣੇ ਜ਼ਿੰਦਗੀ ਦੇ ਵਿੱਚ ਢੁਕਾਉਣੇ ਨੇ, ਕਿ ਉਹ ਪ੍ਰੈਕਟੀਕਲ ਹੈਗੇ ਨੇ। ਅਤੇ ਇੱਕ ਸ਼ਬਦ ਆਉਂਦਾ ਹੈ ਕਿ ਜੈ ਤੇ ਉਪਜਿਓ ਨਾਨਕਾ ਲੀਨ ਤਾਂ ਹੈ ਮੈਂ ਮਾਨ, ਕਿ ਇਹ ਤਾਂ ਫਿਰ ਮਰਨ ਤੋਂ ਬਾਅਦ ਵਾਲੀ ਗੱਲ ਹੋ ਗਈ ਨਾ, ਕਿ ਬਈ ਪੰਜ ਤੱਤ ਦਾ ਇਨਸਾਨ ਬਣਿਆ ਅਤੇ ਜਦੋਂ ਮਰ ਗਿਆ ਤਾਂ ਸਾਰੇ ਤੱਤ ਜਿਹੜੇ ਨੇ ਉਹ ਲੀਨ ਹੋ ਗਏ, ਤਾਂ ਇਹਨੂੰ ਅਸੀਂ ਆਪਣੇ ਅਮਲੀ ਜੀਵਨ 'ਤੇ ਕਿਵੇਂ ਢੁਕਾਈਏ? ਦੇਖੋ, ਪਹਿਲੀ ਗੱਲ ਤਾਂ ਅਸੀਂ ਇਹ ਸਮਝਣੀ ਹੈ ਕਿ ਅੱਜ ਦੀ ਸਾਇੰਸ ਜਦੋਂ ਖੋਜਾਂ ਕਰ ਰਹੀ ਹੈ ਤਾਂ ਉਹਨਾਂ ਨੂੰ ਸਿਰਫ ਪੰਜ ਤੱਤ ਨਹੀਂ, ਅਨੇਕਾਂ ਤੱਤ ਮਿਲੇ ਨੇ। ਇਹ ਰੱਬ ਦੀ ਬੇਅੰਤਤਾ ਹੈ, ਇਸ ਸ੍ਰਿਸ਼ਟੀ ਦੀ ਬੇਅੰਤਤਾ ਹੈ। ਅਤੇ ਅਸੀਂ ਹਰ ਸ਼ਬਦ ਨੂੰ ਆਪਣੇ 'ਤੇ ਟੁਕਾਉਣਾ ਹੈ ਜੀਂਦੇ ਜੀ। ਹਾਂਜੀ, ਆਪਣੇ ਉੱਤੇ ਜੀਂਦੇ ਜੀ ਟੁਕਾਉਣ ਵਾਸਤੇ ਅਸੀਂ ਉਹਨੂੰ ਉਹਦੇ 'ਚੋਂ ਸਮਝਣਾ। ਪਹਿਲੀ ਗੱਲ ਤਾਂ ਇਹ ਸਮਝ ਲਈ ਕਿ ਪੰਜ ਜਾਂ ਪੰਜ ਜਦੋਂ ਲਫ਼ਜ਼ ਆਏਗਾ ਉਹਦਾ ਮਤਲਬ ਫਾਈਵ ਨਹੀਂ ਹੁੰਦਾ। ਜਦੋਂ ਅਸੀਂ ਜਪਜੀ ਸਾਹਿਬ ਵਿਚਾਰਿਆ ਸੀ ਤਾਂ ਅਸੀਂ ਉਹਦੇ ਵਿੱਚ ਸਮਝਿਆ ਸੀ ਪੰਜ ਪ੍ਰਵਾਨ ਪੰਜ ਪ੍ਰਧਾਨ। ਪੰਜ ਦਾ ਮਤਲਬ ਫਾਈਵ ਨਹੀਂ, ਪੰਜ ਦਾ ਮਤਲਬ ਚੁਣ ਚੁਣ ਕੇ ਚੰਗੇ ਚੰਗੇ ਗੁਣ। ਤਾਂ ਜਦੋਂ ਆਏਗਾ ਪੰਜ ਵੈਰੀ ਤਾਂ ਕਾਮ ਕ੍ਰੋਧ ਓਹੰਕਾਰ ਸਿਰਫ ਪੰਜ ਹੀ ਨਹੀਂ, ਬੇਅੰਤ ਨੈਗੇਟਿਵਸ, ਬੇਅੰਤ ਮੰਦੇ ਖਿਆਲ, ਇਹਦੀ ਬੇਅੰਤ ਚੰਗੇ ਗੁਣ, ਚੁਣ ਚੁਣ ਕੇ ਚੰਗੇ ਗੁਣ ਉਹਨਾਂ ਨੂੰ ਪੰਜ ਕਹਿੰਦੇ ਨੇ। ਸੋ ਜਦੋਂ ਉਹ ਸ਼ਲੋਕ ਜਿਹੜਾ ਤੁਸੀਂ ਕੋਟ ਕਰ ਰਹੇ ਹੋ ਲੀਨ ਤਾਏ ਮਹਿਮਾਨ, ਉਹ ਮਰਨ ਤੋਂ ਬਾਅਦ ਦਾ ਨਹੀਂ ਹੈ, ਉਹ ਜੀਂਦੇ ਜੀ ਰੱਬ ਜੀ ਨਾਲ ਇਕਮਿਕਤਾ ਦੇ ਬਾਰੇ ਹੈ। ਉਹ ਕਿਵੇਂ ਜੀਂਦੇ ਜੀ ਰੱਬ ਜੀ ਨਾਲ ਇਕਮਿਕਤਾ? ਮੀਨਸ ਜੇ ਤੂੰ ਆਪਣੇ, ਤੇਰਾ ਸਰੀਰ ਜਿਸ ਤਰ੍ਹਾਂ ਬਣਿਆ ਉਹ ਤਾਂ ਕੁਦਰਤ ਦੇ ਨਿਯਮ ਸਿਸਟਮ ਵਿੱਚ ਬਣਿਆ, ਹਾਂਜੀ ਹਾਂਜੀ, ਲੇਕਿਨ ਇਹਨੂੰ ਤੂੰ ਸਪਿਰਚੁਅਲ ਤੱਤ ਦੇਣੇ ਨੇ। ਇਹ ਸਰੀਰ ਮੇਰੇ ਪੇਰੈਂਟਸ ਦੇ ਕਰਕੇ ਮੈਨੂੰ ਬਾਇਓਲੋਜੀਕਲ ਸਰੀਰ ਮਿਲਿਆ, ਹਾਂਜੀ, ਪਰ ਇਸ ਸਰੀਰ ਨੂੰ ਮਨੁੱਖਾ ਦੇਹੀ ਨਹੀਂ ਕਹਿੰਦੇ ਨੇ। ਇਸ ਸਰੀਰ ਨੂੰ ਮਨੁੱਖਾ ਦੇਹੀ ਨਹੀਂ ਕਹਿੰਦੇ ਨੇ? ਹਾਂ, ਰਾਦਰ ਅਸੀਂ ਕਹਿੰਦੇ ਨਾ ਵੀ ਆਰ ਹਿਊਮਨ ਬੀਇੰਗਸ, ਹਾਂਜੀ, ਅਸੀਂ ਵਿਜ਼ਡਮ ਲੈ ਕੇ ਹੈ, ਸਪਿਰਚੁਅਲਿਟੀ ਵਾਲੀ ਵਿਵੇਕ ਬੁੱਧੀ ਡਿਵਾਈਨ ਇੰਟਲੈਕਟ ਲੈ ਕੇ ਫਿਰ ਆਪਣਾ ਜਦੋਂ ਸੁਭਾਅ ਨੂੰ ਫਿਕਸਅਪ ਕਰਦੇ ਹਾਂ ਨਾ, ਉਹਨੂੰ ਦੁਰਲਭ ਦੇ ਕਹਿੰਦੇ ਨੇ, ਉਹਨੂੰ ਮਨੁੱਖਾ ਜਨਮ ਕਹਿੰਦੇ ਨੇ। ਸੋ ਵੀ ਆਰ ਨਾਟ ਹਿਊਮਨ ਬੀਇੰਗਸ, ਰਾਦਰ ਵੀ ਆਰ ਬਿਕਮਿੰਗ ਹਿਊਮਨਸ। ਅੱਛਾ ਜੀ, ਸੋ ਧਰਮ ਮੈਨੂੰ ਚੰਗੇ ਚੰਗੇ ਗੁਣ ਜਿਹੜੇ ਸਿਖਾਉਂਦਾ ਹੈ ਉਹਨਾਂ ਨੂੰ ਤੱਤ ਕਹਿੰਦੇ ਨੇ। ਅਤੇ ਚੰਗੇ ਗੁਣ ਧਰਮ ਨੇ ਤਾਂ ਸਿਖਾਏ, ਪਰ ਜੇ ਮੈਂ ਉਹਨਾਂ ਦੀ ਪ੍ਰੈਕਟਿਸ ਕਰਨ ਲੱਗ ਪਾਂ, ਆਪਣੇ ਸੁਭਾਅ ਦ੍ਰਿੜ ਕਰ ਲਵਾਂ, ਤਾਂ ਮੈਂ ਉਹਨਾਂ ਤੱਤਾਂ ਦੇ ਨਾਲ ਆਪਣਾ ਤਨ ਬਣਾਇਆ। ਪੰਜ ਤੱਤ ਕੋ ਤਨ ਰਚਿਓ, ਜਾਨਹੋ ਚਤੁਰ ਸੁਜਾਨ, ਜਾਨਹੋ ਦੇ ਹਾਹੇ ਨੂੰ ਔਂਕੜ ਹੈ, ਤਬ ਤੁਮ ਇਸਕੋ ਚਤੁਰ ਸੁਜਾਨ ਸਮਝੋ, ਤਬ ਇਸਕੋ ਸਿਆਣਾ ਮਨੁੱਖ ਸਮਝੋ, ਤਬ ਇਹ ਸਰੀਰ ਸਹੀ ਮਹੀਨੇ ਵਿੱਚ ਯੂਸਫੁਲ ਕਾਊਂਟ ਕੀਤਾ ਜਾਏਗਾ। ਪੰਜ ਤੱਤ ਕੋ ਤਨ ਰਚਿਓ, ਫਿਰ ਉਹ ਪੰਜ ਤੱਤ ਪਤਾ ਕਿਹੜੇ ਹੁੰਦੇ ਨੇ? ਦਇਆ, ਧਰਮ, ਨਿਮਰਤਾ, ਮਿਠਾਸ, ਪੇਸ਼ੈਂਸ, ਸਬਰ, ਸੰਤੋਖ, ਇਸ ਤਰੀਕੇ ਨਾਲ ਬੇਅੰਤ ਜਿਹੜੇ ਚੰਗੇ ਗੁਣ ਹੁੰਦੇ ਨੇ ਨਾ, ਹਲੀਮੀ, ਹੰਬਲਨੈਸ, ਪੇਸ਼ੈਂਸ, ਟੋਲਰੈਂਸ, ਮਿੱਠਾ ਬੋਲਣਾ, ਇਹਨਾਂ ਦੇ ਨਾਲ ਆਪਣਾ ਤਨ ਰਚ। ਇੱਕ ਤਾਂ ਅਸੀਂ ਮੰਮੀ ਪਾਪਾ ਦੇ ਘਰ ਪੈਦਾ ਹੋਏ ਹਾਂ ਨਾ, ਇਹਨਾਂ ਗੁਣਾਂ ਦੇ ਨਾਲ ਤਨ ਜਦੋਂ ਰਚਦੇ ਹਾਂ ਤਾਂ ਅਸੀਂ ਸਤਿਗੁਰ ਦੇ ਘਰ ਜਨਮ ਲੈਂਦੇ ਹਾਂ। ਸਤਿਗੁਰ ਕਹਿ ਜਨਮੈ ਗਵਨ ਮਿਟਾਇਓ, ਗਵਨ ਮੀਨਸ ਜਿਹੜਾ ਮੇਰਾ ਪਲ ਪਲ ਅਵਗੁਣਾਂ ਦੇ ਕਾਰਨ ਜਿਹੜਾ ਮੈਂ ਜੰਮਦਾ ਮਰਦਾ ਸੀ ਉਹ ਵਾਲੀ ਗੇਮ ਖਤਮ ਹੋ ਗਈ। ਪੰਜ ਤੱਤ ਕੋ ਤਨ ਰਚਿਓ, ਜਾਨਹੋ ਚਤੁਰ ਸੁਜਾਨ, ਤਬ ਤੁਮ ਮਾਨੋ ਕਿ ਇਹ ਚਤੁਰ ਸੁਜਾਨ ਸਹੀ ਮੈਨੇ ਵੀ ਇਨਸਾਨ ਬਣਾ। ਜੈ ਤੇ ਉਪਜਿਆ ਨਾਨਕਾ ਲੀਨ ਤਾਏ ਮੈਂ ਮਾਨ, ਤਾਂ ਅਸੀਂ ਵਿਜ਼ਡਮ ਦੇ ਨਾਲ ਇਕਮਿਕ ਹੁੰਦੇ ਹਾਂ। ਜੋ ਮਨੁੱਖ ਦਾ ਮਨ ਸਿੱਖਦਾ ਹੈ ਨਾ, ਉਹਨੂੰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਉਹ ਜਦੋਂ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਏ ਸਮਾਨਾ, ਉਹ ਵਿਜ਼ਡਮ ਦੇ ਨਾਲ ਇਕਮਿਕ ਹੋ ਜਾਂਦਾ ਹੈ, ਉਹ ਸਤਿਗੁਰ ਦੀ ਮਤ ਦੇ ਨਾਲ ਇਕਮਿਕ ਹੋ ਜਾਂਦਾ ਹੈ। ਉਹ ਤੂੰ ਤੂੰ ਕਰਤਾ ਤੂੰ ਹੂਆ ਮੁਝਮੇ ਰਹਾ ਨਾ ਹੂੰ ਵਾਲਾ ਬਣ ਜਾਂਦਾ ਹੈ। ਉਹਨੂੰ ਕਹਿੰਦੇ ਨੇ ਜੈ ਤੇ ਉਪਜਿਆ ਨਾਨਕਾ ਲੀਨ ਤਾਏ ਮੈਂ ਮਾਨ,
ਜਿੱਥੋਂ ਤੈਨੂੰ ਇਹ ਚੰਗੇ ਚੰਗੇ ਗੁਣਾਂ ਦੇ ਤੱਤ ਪ੍ਰਾਪਤ ਹੋਏ ਨੇ ਨਾ, ਉਹਦੇ ਨਾਲ ਇੱਕਮਿਕ ਹੋ ਜਾ। ਮੀਨਸ ਸਪਿਰਿਚੁਅਲ ਸੁਭਾਅ ਬਣਾ ਲੈ। ਸਪਿਰਿਚੁਅਲ ਸੁਭਾਅ ਨੂੰ ਅਸੀਂ ਕਹਿ ਸਕਦੇ ਹਾਂ ਐਥੀਕਲ, ਆਈਡੀਅਲ, ਨਿਰਮਲ ਕਰਮਾਂ ਵਾਲਾ, ਚੰਗੇ ਗੁਣਾਂ ਵਾਲਾ ਜੀ ਸੁਭਾਅ ਬਣਾ ਲੈ। ਔਰ ਚੰਗੇ ਗੁਣਾਂ ਨੂੰ ਅਸੀਂ ਵਾਰ ਵਾਰ ਗੱਲ ਕਰਦੇ ਹਾਂ ਰੱਬੀ ਗੁਣ ਕਹਿੰਦੇ ਨੇ। ਯਾਨੀ ਕਿ ਜੇ ਚੰਗੇ ਸੁਭਾਅ ਅਸੀਂ ਆਪਣਾ ਬਣਾ ਲੈਂਦੇ ਹਾਂ ਤਾਂ ਇਹਦਾ ਮਤਲਬ ਅਸੀਂ ਆਪਣਾ ਨਵਾਂ ਸਰੀਰ ਘੜ ਲਿਆ। ਹਾਂਜੀ, ਤਾਂ ਅਸੀਂ ਦੁਰਲੱਭ ਦੇਹ ਬਣਾ ਲਏ। ਅਤੇ ਜਿਹੜੀ ਅਸੀਂ ਸਾਡੀ ਇਹ ਹੱਥ ਪੈਰ ਜਿਹੜੀ ਚਮੜੀ ਹੈਗੀ ਸਾਡੀ, ਇਹਨੂੰ ਹਿਊਮਨ ਬੀਂਗ ਜਾਂ ਫਿਜ਼ੀਕਲ ਜਿਹੜੀ ਅਸੀਂ ਕਹਿੰਦੇ ਉਹਨੂੰ ਬੋਡੀ ਨਹੀਂ ਕਹਿੰਦੇ? ਹਾਂਜੀ, ਇਹਨੂੰ ਨਹੀਂ ਕਹਿੰਦੇ ਨੇ। ਅੱਛਾ ਜੀ, ਜਿਹਨਾਂ ਸਤਿਗੁਰ ਪੁਰਖ ਨਾਲ ਸੇਵੇ ਉਹ ਸ਼ਬਦ ਨਾਲ ਕੀਤਾ ਵਿਚਾਰ, ਉਹ ਮਾਨਸ ਜੂਨ ਨਾ ਆਖੀਆਂ। ਕਿਆ ਬਾਤ, ਪਸ਼ੂ ਢੋਰ ਗਵਾਰ। ਅਸੀਂ ਤਾਂ ਜਦੋਂ ਤੱਕ ਸਤਿਗੁਰ ਦੀ ਮੱਤ ਲਈ ਨਹੀਂ, ਪੰਜ ਤੱਤਾਂ ਦੇ ਚੰਗੇ ਚੰਗੇ ਗੁਣਾਂ ਵਾਲਾ ਆਪਣਾ ਤਨ ਭਾਵ ਆਪਣੇ ਮਨ ਦਾ ਸੁਭਾਅ ਬਣਾਇਆ ਹੀ ਨਹੀਂ, ਸਪਿਰਿਚੁਅਲਿਟੀ ਵਾਲਾ ਜੀਵਨ ਹੀ ਨਹੀਂ ਬਣਾਇਆ, ਤਾਂ ਤੱਕ ਇਹ ਮਨੁੱਖਾਂ ਦੇ ਹੀ ਨਹੀਂ ਹੈ। ਕਿਆ ਬਾਤ ਹੈ, ਇਹਦਾ ਮਤਲਬ ਇਹ ਵੀ ਸਾਨੂੰ ਮਤਲਬ ਪ੍ਰੋੜਾਵਾਦੀ ਢੰਗ ਨਾਲ ਹੀ ਸਮਝਣਾ ਪਏਗਾ। ਵੈਰੀ ਗੁੱਡ, ਥੈਂਕ ਯੂ, ਥੈਂਕ ਯੂ ਜੀ।